सरपंची चोणा दा अखाड़ा पखिया होया है। सारे उम्मीदवार अपनी अपनी किस्मत अजमाउण दे लई चोण मैदान विच उतरे। उत्थे ही मेहनती सूझवान सब दे दुख सुख विच शरीक होण वाले सुखबीर सिंह पिंड बहादुरपुर तो चोण मैदान विच आए, जिन्हां दा चोण निशान है बाल्टी। साडी मीडिया नाल गलबात करदे होए उन्हां वल्लों कहा गया कि जेकर मैं इस बार सरपंची चोणा जित गया तां मैं पिंड दे सारे काम पहल दे आधार ते करावांगा। मेरा नाम सुखबीर सिंह खैरा जी। हां सुखबीर जी, तुसीं इलेक्शन लड़ रहे हो सरपंची पिंड तों, ठीक है जी, की कहना चाहोगे? सब तो पहला वाहगुरू जी खालसा वाहगुरू जी फतेह जी। मैनू जी पिंड ने कट्ठे होके जी इलेक्शन च खड़ा किया गा जी, ते इन्हों ने जो अपन भावनावान लोगों ने मैनू रखिया ने उदे मैं खड़ा उतरूंगा। जिम्मे जिम्मेवारी पिंड ने दिखी है जी? हाँ जी, एक तो जी आप जो गरीब लोड़वंद परिवार ने सब तो पहला तो आप उन्हों का विकास करा, तो जिमें जिस तरह मैं पिंड च फिर के देखा गा कच्चे मकान ने बेचारे थले, हाँ जी डूंगे नीचे बहुत डूंगे हुए पे ने, तो उन्हों का भी यह है भी पहल के आधार से जो कोई ग्रांट आँदी है ना, जो कोई स्कीम सरकार वालों पैंती है भी उन्हों का पहल के आधार से काम किया जाऊगा। जिमें साडे एक कम्यूनिटी हाल नहीं है, छोटा मिनी पैलस बन जाए, कोई गरीब परिवार उत्थे ब्याह कर सकता, ब्याह शादी कर सकता, तो है जी स्टेडियम वगैरह भी बनाना इतने है नहीं गा जी। पहला तो अपना दो पार्क बने होने, इस साइड भी दूजे पास भी पार्क बनाया जाए, तो लाइब्रेरी भी नहीं है, लाइब्रेरी भी होनी चाहिए जी। ये परिवार बहुत वधिया जी, खेती नाल संबंध करता, जवाकां नूं प्यार करता, जो भी स्कूल का समान है वो असीं लिया के जवाकां नूं पढ़ाई वास्ते मूहरे अगे करांगे, इहदा समर्थन करदे आं जी। साबका सरपंच साहब जिहड़े आपणे सुखबीर जी इलेक्शन लड़ रहे ने, तुसीं समर्थन दे रहे हो, तुसीं आप सरपंच रह चुके हो, की कहना चाहोगे इहनां बारे? ਸਾਨੂੰ ਇਹਨਾਂ ਬਾਰੇ ਬਹੁਤ ਹੈ ਜੀ, ਗਰੀਬ ਪਰਿਵਾਰ ਚੋਂ ਬੱਚਾ ਜੀ, ਇਹ ਖੇਤੀ ਕਰਦਾ, ਹੋਰ ਕੰਮਾਂ ਚ ਵੀ ਜੁੜਿਆ ਹੋਇਆ, ਖੇਤੀਬਾੜੀ ਕਰਨ ਦੇ ਹਿਸਾਬ ਨਾਲ ਹੋਰ ਸਮਾਜ ਸੇਵੀ ਚ ਵੀ ਜੁੜਿਆ ਹੋਇਆ, ਅਸੀਂ ਸੁਣਿਆ ਵੀ ਇਹ ਗਰੀਬ ਪਰਿਵਾਰ ਚੋਂ ਉੱਠ ਕੇ ਕੰਮ ਕਰੇ ਜੀ। ਤੁਹਾਨੂੰ ਉਮੀਦ ਹੈ ਕਿ ਤੁਹਾਡੀ ਉਮੀਦ ਖਰਾ ਉਤਰੂਗਾ? ਹਾਂ ਜੀ, ਪੂਰਾ ਉਤਰੂਗਾ ਜੀ, ਸਾਰੇ ਨਸ਼ੇ ਪੱਤੇ ਤੋਂ ਰਹਿਤ ਜੀ। ਅਸੀਂ ਸੁਖਬੀਰ ਨੂੰ ਬਹੁਤ ਹੀ ਪਿੰਡ ਦੇ ਵਿੱਚ ਜਿਵੇਂ ਕਿ ਆਪਾਂ ਕਹੀਏ ਵੀ ਸੋਚ ਵਿਚਾਰ ਕੇ ਕਈ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ, ਜਗ੍ਹਾ ਜਗ੍ਹਾ ਮੀਟਿੰਗਾਂ ਕੀਤੀਆਂ, ਯੂਥ ਨੂੰ ਵੀ ਸੱਦਿਆ ਗਿਆ, ਤੇ ਜਿਹੜੇ ਆਪਣੇ ਬਜ਼ੁਰਗ ਨੇ ਸਿਆਣੇ ਉਹਨਾਂ ਦੀ ਵੀ ਰਾਏ ਲੈਤੀ, ਸਾਰਿਆਂ ਦੇ ਵਿੱਚੋਂ ਨਿਚੋੜ ਆ ਜਿਹੜਾ ਆਪਣਾ ਸੁਖਬੀਰ ਸਿੰਘ ਨੂੰ ਕੱਢਿਆ ਗਿਆ ਵੀ ਬਹੁਤ ਹੀ ਸੂਝਵਾਨ ਹੈ, ਐਮ ਏ ਕੀਤੀ ਹੋਈ ਹੈ, ਆਈ ਟੀ ਟੀ ਕੀਤੀ ਹੋਈ ਹੈ, ਇੱਕ ਜਿਵੇਂ ਆਪਾਂ ਕਹੀਏ ਵੀ ਟੀਚਰ ਰਹਿ ਚੁੱਕਿਆ ਜੀ। ਇਸ ਕਰਕੇ ਅਸੀਂ ਸੁਖਬੀਰ ਨੂੰ ਚੁਣਿਆ ਵੀ ਇਹ ਬੱਚਿਆਂ ਦੀ ਜੋ ਪੜ੍ਹਾਈ ਦੇ ਲਈ ਤਾਂ ਪਹਿਲਾਂ ਹੀ ਯੋਗਦਾਨ ਦੇ ਰਿਹਾ, ਬੱਚਿਆਂ ਨੂੰ ਪੜ੍ਹਾ ਰਿਹਾ ਸੀਗਾ, ਠੀਕ ਹੈ, ਇੱਕ ਖੇਤੀ ਨਾਲ ਨਾਲ ਖੇਤੀ ਵੀ ਕਰ ਰਿਹਾ, ਬੱਚਿਆਂ ਦੇ ਵਿਕਾਸ ਲਈ ਬਹੁਤ ਕੰਮ ਕਰੂਗਾ ਜੀ। ਤੇ ਦੂਸਰਾ ਵੀ ਖੁਦ ਪੜ੍ਹੇ ਲਿਖੇ ਹੋਣ ਦੇ ਕਾਰਨ ਜਿਵੇਂ ਕਿ ਅਸੀਂ ਕੀਤਾ ਵੀ ਇਹਨਾਂ ਨੂੰ ਜਿਵੇਂ ਕਿ ਲਾਇਬ੍ਰੇਰੀ ਵਗੈਰਾ ਪਿੰਡ ਦੇ ਵਿੱਚ ਜਾਂ ਸਕੂਲ ਦੇ ਪਹਿਲਾਂ ਟੀਚਰ ਹੋਣ ਦੇ ਕਾਰਨ, ਬੱਚਿਆਂ ਨਾਲ ਜੁੜੇ ਹੋਣ ਦੇ ਕਾਰਨ, ਗਰਾਊਂਡਸ ਵਗੈਰਾ ਤਾਂ ਜੋ ਬੱਚਿਆਂ ਨੂੰ ਆਪਾਂ ਖੇਡਾਂ ਦਾ ਪ੍ਰਬੰਧ ਵੀ ਕੀਤਾ ਜਾ ਸਕੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਸੁਖਬੀਰ ਸਿੰਘ ਨੂੰ ਚੁਣਿਆ, ਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਖਬੀਰ ਸਿੰਘ ਨੂੰ ਇੱਕ ਤਰ੍ਹਾਂ ਦਾ ਸਮਰਥਨ ਦਿੱਤਾ ਪੂਰਾ, ਤੇ ਆਸ ਕਰਦੇ ਆ ਵੀ ਉਹ ਇਹਨਾਂ ਦੇ ਸਿਰ ਤੇ ਸਰਪੰਚੀ ਵਾਲਾ ਜਿਹੜਾ ਤਾਜ ਆ ਉਹ ਧਰਨਗੇ। ਦੀਦੀ ਜੀ, ਸੁਖਬੀਰ ਜੀ ਇਲੈਕਸ਼ਨ ਲੜ ਰਹੇ ਨੇ ਜੀ ਆਪਣੇ ਬਹਾਦਰਪੁਰ ਪਿੰਡ ਤੋਂ, ਤੁਸੀਂ ਉਹਨਾਂ ਦੇ ਸਮਰਥਕ ਵੀ ਹੋ, ਤੁਸੀਂ ਅੱਜ ਚੋਣ ਰੈਲੀ ਵਿੱਚ ਹਿੱਸਾ ਵੀ ਬਣੇ, ਕੀ ਕਹਿਣਾ ਚਾਹੋਗੇ? ਕਿਹੋ ਜਿਹਾ ਸੁਭਾਅ ਹੈ, ਕਿਹੋ ਜਿਹਾ ਉਹਨਾਂ ਦਾ ਪਰਿਵਾਰਕ ਹੈ, ਕਿਹੋ ਜਿਹਾ ਉਹਨਾਂ ਦੇ ਵਿਚਾਰ ਹੋਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਿਵਾਸੀ ਪਿੰਡ ਬਹਾਦਰਪੁਰ, ਉਹਨਾਂ ਦੇ ਵੱਲੋਂ ਅੱਜ ਜੋ ਆਪਣੇ ਸਰਪੰਚੀ ਦੀ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਇੱਕ ਕੈਂਡੀਡੇਟ ਦੇ ਤੌਰ ਤੇ ਕਾਕਾ ਸੁਖਬੀਰ ਸਿੰਘ ਖੜੇ ਹੋਏ ਨੇ। ਇਹ ਬਹੁਤ ਹੀ ਨਰਮ ਸੁਭਾਅ ਦੇ, ਚੰਗੇ ਖਾਨਦਾਨ ਦੇ, ਮਿਹਨਤੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਜੀ, ਮਿੱਠ ਬੋਲੇ ਨੇ ਜੀ, ਮਿਹਨਤੀ ਨੇ, ਪੜ੍ਹੇ ਲਿਖੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਮਿਹਨਤੀ ਪੜ੍ਹੇ ਲਿਖੇ ਬੰਦੇ ਤਾਂ ਬਹੁਤ ਸਾਰੇ ਹੁੰਦੇ ਨੇ ਜੀ, ਪਿੰਡ ਦੇ ਪ੍ਰਤੀ ਜਾਂ ਸਮਾਜ ਪ੍ਰਤੀ ਕੋਈ ਚੰਗੀ ਸੋਚ ਦਾ ਹੋਣਾ ਇਹ ਇੱਕ ਪਲੱਸ ਪੁਆਇੰਟ ਬਣ ਜਾਂਦਾ ਜੀ। ਉਸ ਚੀਜ਼ ਦੇ ਉੱਤੇ ਅਸੀਂ ਸੁਖਬੀਰ ਸਿੰਘ ਨੂੰ ਇਹ ਮੰਨ ਕੇ ਚੱਲਦੇ ਨਹੀਂ, ਮੈਂ ਇੱਕ ਰਾਈਟਰ ਹੋਣ ਦੇ ਨਾਤੇ, ਜਗਦੀਸ਼ ਬਹਾਦਰਪੁਰੀ ਮੇਰਾ ਨਾਂ ਹੈ ਜਿਵੇਂ ਤੁਹਾਨੂੰ ਪਤਾ ਹੈ, ਮਤਲਬ ਮੈਂ ਹਰੇਕ ਨਾਲ ਨਹੀਂ ਪੁੱਛਿਆ। ਇਸ ਕਾਕੇ ਨਾਲ ਇਹੀ ਗੱਲ ਅਸੀਂ ਕਰੀ ਸੀ, ਇਹ ਕਹਿੰਦਾ ਵੀ ਮੈਂ ਜੋ ਪਿੰਡ ਪ੍ਰਤੀ ਮੇਰੀ ਸੋਚ ਹੈ ਸਮਾਜ ਪ੍ਰਤੀ ਵੀ ਸਮਾਜ ਕੇ ਏਕਤਾ ਬਣਾ ਕੇ ਰੱਖਣੀ, ਪਿੰਡ ਦੇ ਵਿਕਾਸ ਲਈ ਕੰਮ ਕਰਨੇ, ਜਾਂ ਜਿੰਨਾ ਵੀ ਮਤਲਬ ਪਿੰਡ ਦੇ ਵਿੱਚ ਕੋਈ ਗਲੀਆਂ ਨਾਲੀਆਂ ਦਾ ਕੰਮ ਹੁੰਦਾ ਹੈ, ਕਿਸੇ ਵੀ ਤਰ੍ਹਾਂ ਦਾ ਹੁੰਦਾ ਹੈ, ਮਤਲਬ ਜਿਹਦੇ ਨਾਲ ਪਿੰਡ ਦਾ ਵਿਕਾਸ ਜੁੜਿਆ ਹੋਇਆ, ਪਾਰਕ ਨੇ, ਔਰਤਾਂ ਦੇ ਮਸਲੇ ਨੇ, ਉਹਨਾਂ ਸਾਰਿਆਂ ਦੇ ਪ੍ਰਤੀ ਇਸ ਬੱਚੇ ਦੀ ਪਹੁੰਚ ਬਹੁਤ ਵਧੀਆ। ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਚੰਗੀ ਲੱਗੀ ਉਹ ਇਹ ਸੋਚਦਾ ਕਿ ਪਿੰਡ ਸਾਡਾ ਉੱਪਰ ਨੂੰ ਜਾਵੇ, ਵੱਡਾ ਪਿੰਡ ਹੈ ਬਹਾਦਰਪੁਰ, ਇਹ ਪਿੰਡ ਹੋਰ ਤਰੱਕੀਆਂ ਕਰੇ। ਸੰਤ ਬਾਬਾ ਬਹਾਦਰ ਸਿੰਘ ਮਹਾਰਾਜ ਇਸ ਪਿੰਡ ਵਿੱਚ ਚਰਨ ਛੋਹ ਪ੍ਰਾਪਤ ਨੇ, ਮਤਲਬ ਉਹਨਾਂ ਦੀ ਹੋਈ ਹੋਈ ਹੈ ਸਾਡੇ ਆਪਣੇ ਨਗਰ ਨੂੰ, ਮਸਤੋਣਾ ਸਾਹਿਬ ਨੇੜੇ ਨੇ, ਅਸੀਂ ਜਾਣੀ ਇਸ ਚੀਜ਼ ਦੇ ਉੱਤੇ ਮਾਣ ਕਰਦੇ ਹਾਂ। ਅਤੇ ਸਾਡੀ ਇਹ ਸੋਚ ਹੈਗੀ ਹੈ ਪਿੰਡ ਦੀ ਵੀ ਕਿ ਅਸੀਂ ਕਿਹੋ ਜਿਹਾ ਕੈਂਡੀਡੇਟ ਆਪਣਾ ਚੁਣੀਏ ਜਿਹੜਾ ਪਿੰਡ ਦੇ ਨਾਮ ਨੂੰ ਉੱਪਰ ਲੈ ਕੇ ਜਾਵੇ, ਵਿਕਾਸ ਕਰਾਵੇ ਪਿੰਡ ਦਾ, ਅਤੇ ਪਿੰਡ ਦਾ ਨਾਂ ਹੋਰ ਬੁਲੰਦੀਆਂ 'ਤੇ ਆਵੇ। ਕਾਕਾ ਸੁਖਬੀਰ ਸਿੰਘ ਜਿਹੜਾ ਸਰਪੰਚੀ ਦੇ ਇਲੈਕਸ਼ਨ 'ਚ ਖੜਾ ਹੋਇਆ, ਇਹ ਸਾਨੂੰ ਲੱਗਦਾ ਕਿ ਇਸ ਕੈਂਡੀਡੇਟ ਦੇ ਤੌਰ 'ਤੇ ਵਧੀਆ।
ਇਹਨੂੰ ਅਸੀਂ ਇਲੈਕਟ ਕਰੀਏ ਤੇ ਮਤਲਬ ਪਿੰਡ ਦਾ ਜਿਹੜਾ ਵਿਕਾਸ ਹੈ ਉਹ ਹੋਵੇ ਤੇ ਚੰਗੀ ਇਹ ਤਰੱਕੀ ਕਰੇ। ਇਸ ਕਾਕੇ ਨੂੰ ਵੀ ਬੇਨਤੀ ਹੈ ਕਿ ਕੱਲ ਨੂੰ ਪਿੰਡੇ ਦੇ ਸਿਰ ਤੇ ਸਰਪੰਚੀ ਦਾ ਤਾਜ ਧਰਦਾ, ਇਹਨੂੰ ਇਹ ਮਾਣ ਹਾਸਲ ਹੁੰਦਾ। ਸਰਪੰਚੀ ਬਹੁਤ ਵੱਡੀ ਚੀਜ਼ ਹੈ ਕਿ ਇਹ ਉਸ ਚੀਜ਼ ਦੀ ਲਾਜ ਰੱਖਦੇ ਹੋਏ ਜਾਣੀ ਪਿੰਡ ਦੇ ਵਿੱਚ ਸਮਾਜਿਕ ਏਕਤਾ, ਭਾਈਚਾਰਾ, ਪਿਆਰ, ਨਿਮਰਤਾ ਬਣਾ ਕੇ ਰੱਖੂਗਾ ਤੇ ਪਿੰਡ ਦੇ ਵਿਕਾਸ ਕਾਰਜ ਜਿੰਨੇ ਹੈਗੇ ਨੇ ਉਹਨਾਂ ਲਈ ਇਹ ਬਹੁਤ ਸਾਰਾ ਕੰਮ ਕਰੂਗਾ ਤਾਂ ਕਿ ਇਹ ਪਿੰਡ ਦਾ ਇੱਕ ਹਰਮਨ ਪਿਆਰਾ ਆਗੂ ਬਣ ਸਕੇ ਤੇ ਪਿੰਡ ਦਾ ਨਾਮ ਉੱਚਾ ਕਰੇ। ਸੁਖਵੀਰ ਸਿੰਘ ਜਿੰਦਾਬਾਦ।